ਯਾ ਗਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਜੀ ਜਲਦ ਤੋਂ ਜਲਦ ਤੁਸੀਂ ਵੀ ਭਰ ਲਓ ਇਹ ਫਾਰਮ ਮਿਲੇਗਾ 7 ਲੱਖ ਰੁਪਏ ਦਾ ਬੀਮਾ ਜਾਨਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਜੇਕਰ ਤੁਸੀਂ ਨੌਕਰੀ ਕਰਦੇ ਹੋ ਤਾਂ ईपीएफओ ਦੇ ਮੈਂਬਰ ਹੋ ਤਾਂ ਇਹ ਖਬਰ ਤੁਹਾਡੇ ਲਈ ਕਾਫੀ ਅਹਿਮ ਹੈ ਅਸਲ ਦੇ ਵਿੱਚ ईपीएफओ ਨੇ ਆਪਣੇ ਮੈਂਬਰਾਂ ਨੂੰ ਪੀਐਫ ਤੇ ਪੈਨਸ਼ਨ ਤੋਂ ਇਲਾਵਾ ਜੀਵਨ ਬੀਮਾ ਦਾ ਫਾਇਦਾ ਹੁੰਦਾ ਹੈ ਸਬਸਕ੍ਰਾਈਬਰ ਨੂੰ ਕਿਸੇ ਤਰ੍ਹਾਂ ਦਾ ਕੋਈ ਯੋਗਦਾਨ ਨਹੀਂ ਦੇਣਾ ਪੈਂਦਾ ਪਰ ਇਸ 7 ਲੱਖ ਰੁਪਏ ਦਾ ਫਾਇਦਾ ਲੈਣ ਦੇ ਲਈ ਇੱਕ ਫਾਰਮ ਭਰਨਾ ਬੇਹੱਦ ਜ਼ਰੂਰੀ ਹੈ ਜੇਕਰ ਤੁਸੀਂ ਇਹ ਫਾਰਮ ਨਹੀਂ ਭਰਿਆ ਤਾਂ ਤੁਹਾਡਾ ਪਰਿਵਾਰ ਇਸ ਦਾ ਫਾਇਦਾ ਨਹੀਂ ਲੈ ਸਕਦਾ ਰਿਟਾਇਰਮੈਂਟ ਫੰਡ ਬੋਡੀ ਨੇ ਹਾਲ ਹੀ ਦੇ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਸਭ ਨੂੰ ਆਪਣਾ ਈ ਨਾਮਜ਼ਦਗੀ ਦਾਖਲ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਖਾਤਾਧਾਰਕ ਦੇ ਪਰਿਵਾਰ ਦੀ ਸਮਾਜਿਕ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਈਪੀਐਫ ਦੇਸ਼ ਦੀ ਪ੍ਰਮੁੱਖ ਸੰਗਠਨਾ ਜੋ ਈਪੀਐਫ ਅਤੇ ਐਮਪੀਐਕਟ 1992 ਨੂੰ ਤਹਿਤ ਕਾਨੂੰਨ ਦੇ ਤਹਿਤ ਸੰਗਠਿਤ ਅਰਧ ਸੰਗਠਿਤ ਖੇਤਰ ਦੇ ਮੁਲਾਜ਼ਮਾਂ ਨੂੰ ਸਮਾਜਿਕ ਸੁਰੱਖਿਆ ਦਾ ਲਾਭ ਦਿੰਦੀ ਹੈ ਦੋਸਤੋ ਈਪੀਐਫ ਦੇ ਸਾਰੇ ਸਬਸਕ੍ਰਾਈਬਰ EMPLOYES DEPOSIT LINK INSURANCE Scheme, 1976 स्कीम 1976 ਦੇ ਤਹਿਤ ਕਵਰ ਹੁੰਦੇ ਨੇ ਈਪੀਐਫਓ ਸਕੀਮ ਦੇ ਤਹਿਤ ਹਰ ਈਪੀਐਫ ਅਕਾਊਂਟ ਤੇ 7 ਲੱਖ ਰੁਪਏ ਤੱਕ ਦਾ ਮੁਫਤ ਇੰਸ਼ੋਰੈਂਸ ਕਵਰ ਮਿਲਦਾ ਹੈ ਮੌਜੂਦਾ ਸਮੇਂ ਈਪੀਐਫ ਮੁਲਾਜ਼ਮ ਦੀ ਬੇਸਿਕ ਤਨਖਾਹ ਦਾ 12 ਫੀਸਦੀ ਰਕਮ ਜਮ੍ਹਾਂ ਹੁੰਦੀ ਹੈ employer ਵੀ 12% ਦੀ ਜਮ੍ਹਾਂ ਕਰਵਾਉਂਦਾ ਤੇ ਇਹ ਦੋ ਹਿੱਸਿਆਂ ਦੇ ਵਿੱਚ ਜਮ੍ਹਾਂ ਹੁੰਦੀ ਹੈ ਕੰਪਨੀ 3.67% ਦੀ ਰਕਮ EPF ਖਾਤੇ ਅਤੇ 8.33% ਦੀ ਰਕਮ EPS ਵਿੱਚ ਜਮ੍ਹਾਂ ਕਰਵਾਉਂਦੀ ਹੈ ਕੰਪਨੀ ਦੇ ਵੱਲੋਂ EDLI ਚ ਜਮ੍ਹਾਂ ਕਰਵਾਈ ਜਾਣ ਵਾਲੀ 0.5% ਦੀ ਕੰਟਰੀਬਿਊਸ਼ਨ ਤਹਿਤ PPF ਸਬਸਕ੍ਰਾਈਬਰ ਦੇ ਨਾਮ ਨੂੰ 7 ਲੱਖ ਰੁਪਏ ਦਾ ਇੰਸ਼ੋਰੈਂਸ ਕਵਰ ਮਿਲਦਾ ਹੈ ਨੌਕਰੀ ਦੇ ਦੌਰਾਨ ਹੀ ਕਰ ਸਕਦੇ ਹੋ ਕਲੇਮ ਜੇਕਰ ਕਿਸੇ ਈਪੀਐਫ ਹੋ ਮੈਂਬਰ ਦੀ ਮੌਤ ਹੋ ਜਾਂਦੀ ਹੈ ਤਾਂ ਨੋਮਿਨੀ ਲਾਈਫ ਇੰਸ਼ੋਰੈਂਸ ਦੀ ਰਕਮ ਕਲੇਮ ਕਰ ਸਕਦਾ ਹੈ ਪੀਐਫ ਖਾਤਾਧਾਰਕ ਨੂੰ ਮਿਲਣ ਵਾਲੀ ਇਸ ਇੰਸ਼ੋਰੈਂਸ ਦਾ ਦਾਵਾ ਸਿਰਫ ਨੌਕਰੀ ਦੌਰਾਨ ਹੀ ਕੀਤਾ ਜਾ ਸਕਦਾ ਹੈ ਰਿਟਾਇਰਮੈਂਟ ਤੋਂ ਬਾਅਦ ਨਹੀਂ ਦੋਸਤੋ ਇਹ ਫਾਰਮ ਭਰਨ ਦੇ ਲਈ ਤੁਹਾਨੂੰ ਈ ਨੋਮਿਨੇਸ਼ਨ ਦੀ ਅਧਿਕਾਰਤ ਵੈੱਬਸਾਈਟ epfindia.gov.in ਤੇ ਜਾਓ ਸਰਵਿਸਸ ਬਦਲ ਤੇ ਕਲਿੱਕ ਕਰੋ ਔਰ ਫੋਰ EMPLOYES ਬਦਲ ਤੇ ਕਲਿੱਕ ਕਰੋ ਤੁਹਾਨੂੰ ਇੱਕ ਨਵਾਂ ਪੇਜ ਰੀਡਾਇਰੈਕਟ ਕੀਤਾ ਜਾਵੇਗਾ ਇੱਥੇ ਮੈਂਬਰ UNA ਆਨਲਾਈਨ ਸਰਵਿਸ ਤੇ ਕਲਿੱਕ ਕਰੋ ਮੈਨੇਜ ਟੈਬ ਦੇ ਤਹਿਤ E NOMINATION ਨੂੰ ਸਿਲੈਕਟ ਕਰੋ ਸੋ ਦੋਸਤੋ ਪੂਰੀ ਜਾਣਕਾਰੀ ਦੇ ਲਈ ਚੈਨਲ ਦੇ ਪਾਈ ਹੋਈ ਤੁਸੀਂ ਵੱਡੀ ਵੀਡੀਓ ਵੀ ਦੇਖ ਸਕਦੇ ਹੋ ਤੇ ਆਪਣੇ ਆਫਿਸ ਦੇ ਨਾਲ ਵੀ ਸੰਪਰਕ ਕਰ ਸਕਦੇ ਹੋ ਧੰਨਵਾਦ